गुरदासपुर से मोहनीश और भोपाल सिंह की रिपोर्ट। गुरदासपुर के डेरा बाबा नानक के एक नए के बेट समेत 10 गांवों को जोड़ने वाला पांटून पुल रावी दरिया में पानी के तेज बहाव के कारण बह गया, जिस कारण इन गांवों का संपर्क देश के अन्य हिस्से से कट गया है और फिलहाल अभी के लिए ये गांव टापू में बदल गए हैं। ਦੇਰ ਸਿੰਘ ਮੈਂਬਰ ਪੰਚਾਇਤ ਰਤਰ ਛਤੜੀ। ਦਲੇਰ ਜੀ ਦੱਸੋ ਕੀ ਹੋਇਆ ਵੇ, ਸਾਰਾ ਕੁਝ ਕੀ ਦਿੱਕਤ ਆਈ? ਦਿੱਕਤ ਹੈ ਹੀ, ਮੁਸ਼ਕਲਾਂ ਦੀਆਂ ਸਾਹਮਣਾ। ਇੱਥੇ ਆਪਣਾ ਸੰਪਰਕ ਟੁੱਟ ਜਾਂਦਾ ਜਦੋਂ ਪਾਣੀ ਆਉਂਦਾ, ਪਿੰਡ ਉੱਧਰਲੇ ਉੱਧਰ ਰਹਿ ਜਾਂਦੇ ਆ, ਬੱਚਿਆਂ ਦੀ ਬਹੁਤ ਪ੍ਰੋਬਲਮ ਹੈ ਇੱਥੇ ਜਦੋਂ ਸਕੂਲ ਜਾਂਦੇ ਨੇ, ਅਤੇ ਹੋਰ ਵੀ ਇੱਥੇ ਬੜੇ ਬੜੇ ਵਾਅਦੇ ਕਰ ਜਾਂਦੇ ਵੋਟਾਂ ਦੇ ਸਮੇਂ 'ਤੇ, ਅਤੇ ਮੁੜ ਕੇ ਕੋਈ ਅੰਦਰ ਜੀ ਦੱਸੋ ਕਿੱਥੇ ਚੱਲੇ ਹੋ, ਕੀ ਕਰਦੇ ਹੋ, ਕਿੱਥੇ ਜਾ ਰਹੇ ਹੋ? ਅਸੀਂ ਜਾ ਰਹੇ ਜੀ ਖੇਤੀਬਾੜੀ। ਪਹਿਲਾਂ ਜਦ ਇਹ ਪੁਲ ਬਣਿਆ ਸੀ, ਪੁਲ ਤੇ ਜਾਈਦਾ ਸੀ, ਅੱਜ ਪਾਣੀ ਆ ਗਿਆ ਤੇ ਰੇੜੀ 'ਚ ਚੱਲੇ। ਪੁਲ ਪਾਣੀ ਆਉਣ ਤੇ ਟੁੱਟਾ, ਪਾਣੀ ਆਉਣ ਤੇ ਅੱਗੇ ਤਾਂ ਨਹੀਂ ਕਦੀ ਆਇਆ, ਇਹਨਾਂ ਦਿਨਾਂ 'ਚ ਪਰ ਅੱਜ ਆ ਗਿਆ ਪਾਣੀ। ਬੜੀ ਵੱਡੀ ਸਮੱਸਿਆ ਵਾ। ਪੁਲ ਚਾਲੂ ਕੀਤਾ ਇਹਨਾਂ ਨੇ, ਅਜੇ ਪੱਕਾ ਬਣਾਉਣਾ, ਪਰ ਉਹ ਪਤਾ ਨਹੀਂ ਕਿਹਦੀ ਅਣਗਹਿਲੀ, ਜਿਹੜਾ ਤਿਆਰ ਨਹੀਂ ਹੋ ਰਿਹਾ। ਅਤੇ ਪ੍ਰੋਬਲਮ ਜਿਹ 'ਚ ਗਲੀ ਪੁਲ ਨਹੀਂ ਬਣਦਾ, ਕੋਈ ਆਉਣ ਜਾਣ ਦਾ ਸਾਧਨ ਆ ਬੇੜੀ ਆ ਜੀ। ਇਹ ਦੇਖੋ ਕਿੰਨੇ ਦਿਨਾਂ ਬਾਅਦ ਗਾੜੀ ਤਿਆਰ ਕਰਦੇ ਪੁਲ, ਜਾਂ ਘੱਟ ਹੀ ਬਣਾਉਂਦੇ, ਪਾਣੀ ਘੜੂਗਾ ਤਾਂ ਫਿਰ ਇਹਨਾਂ ਘੱਟ ਹੀ ਬਣਾਉਣੀ ਆ, ਪਹਿਲਾਂ ਨਹੀਂ ਬਣਾਉਣੀ ਹੈਗੀ। ਸਕੂਲ ਵਾਲੇ ਬੱਚੇ ਵੀ ਬੇੜੀ ਰਾਹੀਂ ਹੁੰਦੇ ਆ ਜੀ, ਸਕੂਲ ਜਾਂਦੇ ਪੜ੍ਹਨ ਵਾਲੇ ਬੱਚੇ ਉਹ ਬੇੜੀ ਰਾਹੀਂ ਜਾਂਦੇ ਆਉਂਦੇ ਆ। ਪ੍ਰੋਬਲਮ ਬੜੀ ਵੱਡੀ ਆ। ਜਿੱਦਾਂ ਹੀ ਪਾਣੀ ਦਾ ਕੁਛ ਲੈਵਲ ਘੱਟ ਜਾਏਗਾ ਜੀ, ਉਸ ਤੋਂ ਬਾਅਦ ਅਸੀਂ ਇਹਨੂੰ ਬੇੜੀ ਨੂੰ ਵੀ ਨੋਰਮਲ ਵੀ ਕਰ ਦਾਂਗੇ, ਅਤੇ ਕੋਸ਼ਿਸ਼ ਕਰਾਂਗੇ ਕਿ ਜਿਹੜਾ ਬ੍ਰਿਜ ਡੈਮੇਜ ਹੋਇਆ ਅਗਲੇ ਅਪਰੋਚ ਉਹ ਵੀ ਠੀਕ ਕਰ ਦਿੱਤੀ ਜਾਏਗੀ। ਇਸ ਲਈ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਤਾਲਮੇਲ ਹੋ ਚੁੱਕਾ, ਉਹਨਾਂ ਵੱਲੋਂ ਵੀ ਫੰਡ ਮੁਹੱਈਆ ਕਰਨ ਬਾਰੇ ਕਿਹਾ ਗਿਆ ਹੈ, ਅਤੇ ਅਸੀਂ ਆਪਣੇ ਉੱਚ ਅਧਿਕਾਰੀ ਦੇ ਧਿਆਨ ਵਿੱਚ ਵੀ ਲਿਆ ਦਿੱਤਾ ਗਿਆ ਹੈ। ਜਿੱਦਾਂ ਹੀ ਉਹਨਾਂ ਵੱਲੋਂ ਵੀ ਕੋਈ ਫੰਡ ਦੀ ਅਵੇਲੇਬਿਲਟੀ ਹੋ ਜਾਂਦੀ ਹੈ, ਪਰ ਆਪਾਂ ਕੋਸ਼ਿਸ਼ ਕਰਾਂਗੇ 4-5 ਦਿਨ ਦੇ ਵਿੱਚ ਇਹਨੂੰ ਤਿਆਰ ਕਰਾ ਦੇਵਾਂਗੇ। ਤੁਹਾਡੇ ਡਿਪਾਰਟਮੈਂਟ ਰਿਐਕਸ਼ਨ ਕਿੰਨਾ ਫੰਡ ਹੈਗਾ? ਇਸ ਟਾਈਮ ਇਹਦੇ ਲਈ ਸਾਡੇ ਕੋਈ ਵੀ ਫੰਡ ਅਵੇਲੇਬਲ ਨਹੀਂ ਹੈਗਾ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਕੋਈ ਨਾ ਕੋਈ ਫੰਡ ਇਹਦਾ ਅਰੇਂਜ ਕਰਕੇ ਦਿੰਦੇ ਹਾਂ। ਇਹ ਵਿਦਨ ਵੀਕ ਇਹ ਕਰ ਦਾਂਗੇ ਜੀ।